वाहिगुरू जी का खालसा वाहिगुरू जी की फतेह जी। कुछ जानकारी देने वास्ते मैं लाइव होया इस वक्त लाल किले दे विच ही खड़े होए हैं। तो एक बारी मैनू दस दिओ कि मेरी आवाज़ ठीक आ रही है क्योंकि इत्थे रौला रप्पा बहुत है ते कुछ जरूरी गल्लां करनियां ने मैं क्योंकि हाँ जी प्लीज़ दस्यो मैनू कि आवाज़ मेरी ठीक आ रही है। हाँ जी ठीक है। मैं गल करनी सी कि जो भी होया दोपहरे 2 to 3 बजे के विचकार है ना, मैं नहीं कहता चंगा होया माड़ा होया जो भी होया, पर हुण दे हालात ये ने कि जिहड़े नौजवानों के नाल वो मुंडे सी जिन्हां ने झंडा उत्ते लहराया झंडे लहराए काफ़ी जगह तो उपर उस वेले गोली चली सी जिदे विच दसण दे मुताबिक यह है कि 3 जणिआं दे गोली लगी सी ते जिन्हां दे विच्चों एक नौजवान दा इन्हां ने दस्या है कि जिहदी मौत हो गई हस्पताल दे विच जाके ते दूजे 2 नौजवानों दा कोई थौ पता नहीं है। सो इन्हां नूं इस चीज़ की भी शंका है, थोड़ा उपर कर दो वैल, इस चीज़ की भी शंका है कि उन्हां दोवां तों बिना शायद साडे होर नौजवान भी अंदर ने, वो जख्मी भी हो सकते ने ते हो सकता है कि कोई होर भाणा भी वापर गया होवे। मुख दी गल इह है कि मैं बेनती करूँगा मेन आगूआं नूं जे किसानी जिहड़े संघर्ष दे नाल अपने आगू ने संयुक्त मोर्चे वाले जां कोई होर आगू ने जे वो इत्थे नहीं आना चाहुंदे तां घट्टो घट्ट होर लखा सिधाणा वीर जां देव सिद्धू वर्गे जां होर नौजवानों नूं बेनती है कि तुसीं इत्थे जरूर पहुँचो यार, क्योंकि जो भी होया जिस तरह भी होया उहदे नाल तुसीं सहमत हो जां नहीं सहमत, पर यह गल तां गलत है ना कि जे इत्थे कोई नुकसान होया है जे इत्थे साडे नौजवान जख्मी होए ने ਤਾਂ ਉਹ ਪਹਿਲੀ ਗੱਲ ਕਿ ਉਹਨਾਂ 'ਤੇ ਗੋਲੀ ਚਲਾਈ ਕਿਉਂ ਹੈ ਨਾ, ਜੇ ਚੱਲੀ ਵੀ ਤਾਂ ਉਹਨਾਂ ਦੇ ਬਾਰੇ ਦੱਸਿਆ ਕਿਉਂ ਨਹੀਂ ਜਾ ਰਿਹਾ। ਹੁਣ ਇੱਥੇ ਜਿਹੜਾ ਪ੍ਰੋਟੈਸਟ ਅੱਗੇ 50-100 ਨੌਜਵਾਨ ਜਿਹੜੇ ਨੇ ਉਹ ਬੈਠੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਕੁਛ ਲੋਕਲ ਦਿੱਲੀ ਦੇ ਸਿੱਖ ਵੀ ਨੇ ਅਤੇ ਉਹ ਇਹ ਮੰਗ ਕਰ ਰਹੇ ਨੇ ਕਿ ਸਾਡੇ ਨੌਜਵਾਨ ਕਿੱਥੇ ਨੇ ਉਹਨਾਂ ਬਾਰੇ ਦੱਸਿਆ ਜਾਵੇ ਕਿ ਉਹ ਅੰਦਰ ਨੇ ਜਾਂ ਕਿੱਥੇ ਨੇ ਹੈ ਨਾ। ਅਤੇ ਬਹੁਤ ਜ਼ਿਆਦਾ ਪੁਲਿਸ ਹੈ ਜਿਹੜੀ ਉਹ ਇੱਥੇ ਲਾਈ ਹੋਈ ਹੈ ਇਹਨਾਂ ਨੇ ਅਤੇ ਪੁਲਿਸ ਅੰਦਰ ਵੀ ਹੈ, ਬਾਕੀ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਇੱਥੇ ਗੋਲੀ ਚੱਲ ਜੂ ਇਹੋ ਜੂ ਫਿਲਹਾਲ ਇੱਦਾਂ ਦਾ ਕੁਛ ਨਹੀਂ ਹੈ। ਇਹ ਡਿਊਟੀਆਂ ਚੇਂਜ ਹੋ ਰਹੀਆਂ ਨੇ, ਕੁਛ ਬਾਹਰ ਜਾ ਰਹੇ ਨੇ ਆਪਣੇ ਘਰਾਂ ਨੂੰ ਜਾ ਰਹੇ ਨੇ, ਕੁਛ ਅੰਦਰ ਆ ਰਹੇ ਨੇ, ਸੋ ਫਿਲਹਾਲ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈ। ਨੈੱਟ ਵੀ ਇੱਥੇ ਚੱਲ ਰਿਹਾ ਹੈ ਅਤੇ ਬਾਹਰੋਂ ਇੱਦਾਂ ਦੀਆਂ ਗੱਲਾਂ ਆ ਰਹੀਆਂ ਕਿ ਕਾਲਿੰਗ ਵੀ ਬੰਦ ਹੋ ਜੂਗੀ, ਨੈੱਟ ਵੀ ਬੰਦ ਹੋ ਜਾਏਗਾ, ਪਰ ਫਿਲਹਾਲ ਇੱਦਾਂ ਦਾ ਕੁਛ ਨਹੀਂ ਹੈ। ਬਿਲਕੁਲ ਮੈਂ ਲਾਲ ਕਿਲੇ ਦੇ ਅੰਦਰ ਖੜਿਆ ਹੋਇਆ ਅਤੇ ਨੈੱਟ ਵੀ ਇੱਥੇ ਚੱਲ ਰਿਹਾ, ਸਾਰਾ ਕੁਛ ਠੀਕ ਹੈ, ਪਰ ਆਗੂਆਂ ਨੂੰ ਬੇਨਤੀ ਹੈ ਕਿ ਯਾਰ ਕੋਈ ਸੂਝਵਾਨ ਆਗੂ ਆ ਕੇ ਜਿਹੜਾ ਇੱਥੇ ਅਗਵਾਈ ਕਰੇ, ਕਿਉਂਕਿ ਮੈਨੂੰ ਇੱਥੇ ਲੱਗ ਰਿਹਾ ਕਿ ਸਾਰੇ ਬੰਦੇ ਵਿਚਾਰੇ ਆਮ ਨੇ ਅਤੇ ਜਿਨ੍ਹਾਂ ਨੂੰ ਸ਼ਾਇਦ ਉਹਨਾਂ ਪੁਲਿਸ ਦੇ ਆਫਿਸਰਾਂ ਨਾਲ ਗੱਲ ਕਰਨ ਦੀ ਵੀ ਇੰਨੀ ਮਤਲਬ ਜਾਂਚ ਨਾ ਹੋਵੇ। ਅਤੇ ਹੁਣ ਇਹ ਜਿਹੜੇ ਪੁਲਿਸ ਦੇ ਕੁਛ ਆਫਿਸਰ ਆਏ ਨੇ ਅਤੇ ਸਾਰਿਆਂ ਨੂੰ ਬੇਨਤੀ ਹੈ ਖਾਸ ਕਰਕੇ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ, ਕਿਉਂਕਿ ਇਹ ਨਾ ਕੁਛ ਕਾਫੀ ਦਾ ਸਵੇਰ ਤੋਂ ਮਤਲਬ ਮਸਲਾ ਇਹ ਚੱਲ ਰਿਹਾ ਕਿ ਕੋਈ ਕਹਿ ਰਿਹਾ ਕਿ ਨੌਜਵਾਨਾਂ ਨੇ ਗਲਤ ਕੀਤਾ, ਕੋਈ ਕਹਿ ਰਿਹਾ ਸਹੀ ਕੀਤਾ, ਜੋ ਵੀ ਹੈ ਹੈ ਨਾ, ਮੈਂ ਉਹਦੇ 'ਤੇ ਟਿੱਪਣੀ ਨਹੀਂ ਕਰਦਾ, ਹਰ ਇੱਕ ਦੀ ਆਪਣੀ ਸੋਚ ਹੈ, ਪਰ ਫਿਲਹਾਲ ਜੋ ਹੋਇਆ ਸਾਡੇ ਨੌਜਵਾਨਾਂ ਨਾਲ ਹੋਇਆ ਨਾ, ਨੌਜਵਾਨ ਆਏ ਤਾਂ ਕਿਸਾਨੀ ਸੰਘਰਸ਼ ਦੇ ਨਾਲ ਸੀ, ਆਪ ਮੁਹਾਰੇ ਆਏ ਜਾਂ ਕਿੱਦਾਂ ਆਏ, ਅਤੇ ਜਿਹੜਾ ਵੀ ਹੋਇਆ ਉਹ ਗਲਤ ਹੋਇਆ, ਪਰ ਫਿਲਹਾਲ ਜਿਹੜੀ ਗੱਲ ਇਹ ਹੈ ਮੇਨ ਕਿ ਜਿਹੜੇ ਬੰਦੇ ਸਾਡੇ ਅੰਦਰ ਨੇ ਉਹਨਾਂ ਬਾਰੇ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਉਹ ਬੰਦੇ 4 to 5 ਵੀ ਹੋ ਸਕਦੇ ਨੇ, 8-10 ਵੀ ਹੋ ਸਕਦੇ ਨੇ, ਕਿਉਂਕਿ ਇੱਥੇ ਵੀਰ ਦੱਸ ਰਹੇ ਨੇ ਕਿ ਸਾਡੇ ਨਾਲ ਦੇ ਕੁਛ ਮੁੰਡੇ ਸੀ ਜਿਹੜੇ ਉਹ ਸਭ ਮਿਸ ਨੇ, ਉਹਨਾਂ ਦੇ ਫੋਨ ਵੀ ਨਹੀਂ ਲੱਗ ਰਹੇ। ਕੌਣ ਸੀ ਵੀਰ? ਉਹ ਵੀਰ ਅੱਗੇ ਬੈਠਾ ਕਹਿਣ ਦੇ। ਠੀਕ ਹੈ ਜੀ, ਇੱਥੇ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਜਿਹੜਾ ਪ੍ਰੋਟੈਸਟ ਹੋ ਰਿਹਾ ਹੈ, ਨਾਲ ਆ ਜੀ ਮਾੜਾ ਜਿਹਾ, ਜਿਹੜਾ ਪ੍ਰੋਟੈਸਟ ਹੋ ਰਿਹਾ ਮੈਂ ਤੁਹਾਨੂੰ ਦਿਖਾਉਣਾ, ਉਹਨਾਂ ਨੂੰ ਲੈ ਕੇ ਆਇਓ ਜੀ। ਮੀਡੀਆ ਨੂੰ ਵੀ ਬੇਨਤੀ ਹੈ ਕਿ ਮੀਡੀਆ ਵੀ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰੋ, ਕਿਉਂਕਿ ਇੱਥੇ ਕੋਈ ਵੀ ਮੀਡੀਆ ਹੁਣ ਤੱਕ ਮੈਨੂੰ ਦਿਸਿਆ ਨਹੀਂ ਆ, ਕਿਉਂਕਿ ਇਹ ਬੜੀ ਵੱਡੀ ਗੱਲ ਹੈ ਕਿ ਸਾਡੇ ਨੌਜਵਾਨ ਅੰਦਰ ਸ਼ਹੀਦ ਹੋਏ ਹੋਣ ਜਾਂ ਜ਼ਖਮੀ ਹੋਏ ਹੋਣ, ਪਰ ਉਹਨਾਂ ਬਾਰੇ ਸਾਨੂੰ ਪਤਾ ਹੀ ਕੁਛ ਨਹੀਂ ਹੈ। ਇਹ ਲਾਲ ਕਿਲੇ ਦੇ ਗੇਟ ਦੀ ਜਿਹੜੀ ਐਂਟਰੀ ਹੈ ਨਾ, ਉਹਦੇ ਬਿਲਕੁਲ ਸਾਹਮਣੇ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਨੇ ਸਿੰਘ, ਅਤੇ ਇਹਨਾਂ ਦੀ ਮੰਗ ਇਹੀ ਹੈ ਕਿ ਸਾਡੇ ਨੌਜਵਾਨਾਂ ਬਾਰੇ ਸਾਨੂੰ ਦੱਸਿਆ ਜਾਵੇ ਅਤੇ ਇਹ ਵੀ ਗੱਲ ਦੱਸੀ ਜਾਵੇ ਕਿ ਉਹਨਾਂ 'ਤੇ ਗੋਲੀ ਕਿਉਂ ਚਲਾਈ, ਝੰਡਾ ਲਹਿਰਾਉਣਾ ਉਹਨਾਂ ਦੀ ਗਲਤੀ ਸੀ ਅਤੇ ਉਹਨਾਂ ਨੂੰ ਉਹਦੀ ਸਜ਼ਾ ਦਿੱਤੀ ਜਾ ਸਕਦੀ ਸੀ, ਪਰ ਗੋਲੀ ਚਲਾਉਣਾ ਕਿਹੜੇ ਕਾਨੂੰਨ ਦੇ ਵਿੱਚ ਹੈ?
ਤੇ ਇਹ ਇਹਨਾਂ ਦੀ ਮੰਗ ਹੈ। ਬਾਕੀ ਮੇਨ ਜਿਹੜੀ ਮੰਗ ਹੈ ਇਹ ਹੈ ਕਿ ਵਾਹਿਗੁਰੂ ਜੀ ਅੱਜ ਜੋੜ ਕੇ ਬੇਨਤੀ ਹੈ ਪਿੱਛੇ ਪਿੱਛੇ ਹੋ ਜਾਓ ਵਾਹਿਗੁਰੂ ਜੀ। ਮੇਨ ਇਹਨਾਂ ਦੀ ਮੰਗ ਇਹ ਹੈ ਕਿ ਸਾਡੇ ਨੌਜਵਾਨ ਅੰਦਰ ਨੇ ਉਹਨਾਂ ਬਾਰੇ ਦੱਸਿਆ ਜਾਵੇ, ਜ਼ਖਮੀ ਨੇ ਜਾਂ ਜੋ ਵੀ ਹੋਇਆ, ਜੋ ਵੀ ਭਾਣਾ ਵਾਪਰਿਆ ਆ, ਬਿਲਕੁਲ ਗੇਟ ਦੇ ਸਾਹਮਣੇ ਹੈ। ਆ ਤੁਸੀਂ ਦੇਖ ਸਕਦੇ ਹੋ ਲਾਲ ਕਿਲ੍ਹੇ ਦੀ ਜਿਹੜੀ ਮੇਨ ਐਂਟਰੀ ਹੈ ਨਾ, ਉਹਦੇ ਸਾਹਮਣੇ ਮੋਰਚਾ ਲੱਗਾ ਹੈ। ਹੋਰ ਵੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਇੱਥੇ ਇਹ ਪੀਸਫੁਲੀ ਪ੍ਰੋਟੈਸਟ ਚੱਲ ਰਿਹਾ ਹੈ, ਜਿੰਨਾ ਚਿਰ ਆਪਾਂ ਨੂੰ ਜਵਾਬ ਨਹੀਂ ਦਿੰਦੇ ਇੱਥੇ ਸੰਗਤ ਬੈਠੀ ਹੋਈ ਹੈ, ਅਤੇ ਆਪਾਂ ਨੂੰ ਜੇ ਕੋਈ ਘਟਨਾ ਵਾਪਰੀ ਹੈ ਤਾਂ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਸੋ ਸਾਰੇ ਕੋਸ਼ਿਸ਼ ਕਰੋ ਇੱਥੇ ਪਹੁੰਚੋ। ਆ ਹੁਣ ਮੈਨੂੰ ਲੱਗਦਾ ਕਿ ਮੀਡੀਆ ਵਾਲੇ ਪਹੁੰਚੇ ਨੇ, ਡੇਲੀ ਪੋਸਟ ਵਾਲੇ ਵੀ ਇੱਥੇ ਆਏ ਨੇ, ਅਤੇ ਚਲੋ ਇਹ ਆਵਾਜ਼ ਬਾਹਰ ਤੱਕ ਜਾਊਗੀ। ਮੈਂ ਬੇਨਤੀ ਕਰਦਾ ਕਿ ਜੇ ਆਪਾਂ ਇਹਨਾਂ ਨੌਜਵਾਨਾਂ ਨੂੰ ਲੈ ਕੇ ਆਏ ਹਾਂ, ਇਹ ਨੌਜਵਾਨ ਆਪਣੇ ਨਾਲ ਆਏ ਨੇ, ਅਤੇ ਆਪਾਂ ਨੂੰ ਇਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਹੈ। ਬਾਪੂ ਜੀ ਸਿੱਧਾ ਪ੍ਰਸਾਰਣ ਚੱਲ ਰਿਹਾ ਹੈ, ਇੱਥੇ ਕੋਈ ਚਸ਼ਮਦੀਦ ਹੈਗਾ ਜਿਹਨੇ ਉਸ ਸਮੇਂ ਨਾਲ ਹੋਵੇ ਉਸ ਵੇਲੇ ਕਿ ਕੀ ਭਾਣਾ ਵਾਪਰਿਆ ਸੀ, ਕਿਹਦੇ ਕਿਹਦੇ ਨਾਲ ਦੇ ਬੰਦੇ ਜਿਹੜੇ ਉਹ ਮਿਸ ਨੇ? ਕੋਈ ਲਾਈਟ ਹੈਗੀ ਕਿਸੇ ਤੋਂ ਫੋਨ ਦੀ? ਵੀਰੇ ਲਾਈਟ ਹੈਗੀ ਮਾੜੀ ਜੀ ਜਗਾਓ ਪਲੀਜ਼, ਲਾਈਟ ਜਗਾਓ। ਹਾਂਜੀ ਤੁਸੀਂ ਦੱਸਿਓ। ਉਹ ਇੱਥੇ ਅੱਗੇ ਦੋ ਲੜਕੇ ਕਹਿ ਰਹੇ ਸੀ ਹਾਂਜੀ ਸਾਡੇ ਹੱਥਾਂ ਦੇ ਵੀ ਖੂਨ ਹੈ। ਅੱਛਾ ਜੀ, ਵੀ ਸਾਡੇ ਹੁੰਦਿਆਂ ਇੱਥੇ ਗੋਲੀਆਂ ਚੱਲੀਆਂ ਨੇ। ਠੀਕ ਹੈ। ਤੇ ਜਿਹੜੇ ਨੇ ਤਿੰਨ ਚਾਰ ਬੰਦੇ ਜਿਹੜੇ ਨੇ ਡੈਡ ਹੋਏ। ਅੱਛਾ। ਔਰ ਇੱਥੇ ਹੁਣ ਇੱਕ ਪੱਤਰਕਾਰ ਆਇਆ, ਮੈਨੂੰ ਪਤਾ ਨਹੀਂ ਕਿਹੜਾ ਸੀ ਉਹ। ਹਾਂਜੀ। ਉਹ ਕਹਿ ਰਿਹਾ ਵੀ ਸਾਨੂੰ ਇਹ ਪਤਾ ਲੱਗਿਆ ਵੀ ਇੱਕ ਬੰਦੇ ਦੇ ਗੋਲੀ ਲੱਤ 'ਚ ਵੱਜੀ ਹੈ। ਅੱਛਾ। ਵੀ ਉਹਦਾ ਪਤਾ ਲੱਗਦਾ, ਬਾਕੀ ਜਿਹੜੇ ਬੰਦੇ ਮਿਸ ਹੋ ਗਏ ਨੇ ਡੈਡ ਉਹਨਾਂ ਬਾਰੇ ਪਤਾ ਨਹੀਂ ਲੱਗ ਰਿਹਾ। ਪੁਲਿਸ ਕੁਛ ਨਹੀਂ ਦੱਸ ਰਹੀ ਆਪਾਂ ਨੂੰ। ਅਸੀਂ ਸ਼ਾਮੀ ਇੱਥੇ ਜਦੋਂ ਸਾਰੀ ਪਬਲਿਕ ਇਕੱਠੀ ਸੀ ਤੇ ਇੱਥੇ ਐਸਪੀਸੀ ਸਰਦਾਰ ਖੋਰੇ ਜਸਨੀਤ ਸਿੰਘ ਕੀ ਨਾਂ ਉਹਨੇ ਦੱਸਿਆ। ਅੱਛਾ ਜੀ। ਤੇ ਉਹ ਅਸੀਂ ਉਹਨੂੰ ਆਖਿਆ ਵੀ ਸਾਡੀ ਤਸੱਲੀ ਕਰਾਓ। ਉਹ ਸਾਨੂੰ ਅੰਦਰ ਲੈ ਗਿਆ ਸੀ। ਅੱਛਾ ਜੀ। ਅਸੀਂ ਆਖਿਆ ਵੀ ਸਾਡੀ ਤਸੱਲੀ, ਆਖਣ ਲੱਗਾ ਵੀ ਮੈਂ ਉੱਤੇ ਤਾਂ ਲਿਜਾ ਨਹੀਂ ਸਕਦਾ ਤੇ ਨਾ ਕਮਰਿਆਂ ਦੀ ਕਿਸੇ ਦੀ। ਘਟਨਾ ਜਿਹੜੀ ਵਾਪਰੀ ਹੈ ਉੱਪਰ ਹੀ ਵਾਪਰੀ ਹੈ, ਜਦੋਂ ਗੋਲੀ ਚੱਲੀ ਉੱਪਰ ਚੱਲੀ ਚੱਲੀ ਹੈ। ਠੀਕ ਹੈ। ਔਰ ਅੰਦਰ ਜਿਹੜਾ ਉਹ ਜਿੱਥੇ ਤਾਂ ਸਾਰੀ ਫੋਰਸ ਬੈਠੀ ਹੈ। ਹਾਂਜੀ। ਸਾਨੂੰ ਉਹਦੇ ਤੇ ਦਾਖਲ ਲੱਗਾ, ਇੱਥੇ ਵੇਖ ਲਓ ਕਿਤੇ ਖੂਨ ਦੇ ਨਿਸ਼ਾਨ ਵਿਖਾ ਦਿਓ। ਔਰ ਉਹ ਮੁੰਡਾ ਆਉਂਦਾ ਸੀ ਮੇਰੇ ਹੱਥ ਦੇ ਉੱਤੇ ਖੂਨ ਦੇ ਨਿਸ਼ਾਨ ਹੈ ਸਨ ਇੱਥੇ, ਜਦੋਂ ਸਾਨੂੰ ਮਤਲਬ ਸਮਝਿਆ ਇੱਥੇ ਬੈਠਾ। ਅੱਛਾ ਜੀ। ਤੁਸੀਂ ਵੀਰ ਜੀ ਮੌਕੇ ਦੇ ਉੱਪਰ ਸੀ? ਨਹੀਂ, ਥੱਲੇ ਖੜੇ ਸੀ। ਥੱਲੇ ਖੜੇ ਸੀ ਤੇ ਜਦੋਂ ਗੋਲੀ ਚੱਲ, ਕਿੰਨੀਆਂ ਕੁ ਗੋਲੀਆਂ ਚੱਲੀਆਂ ਸੀ? ਗੋਲੀਆਂ ਤਿੰਨ ਕੁ ਚੱਲੀਆਂ, ਤਿੰਨ ਵਾਜਾਂ ਤਾਂ ਆਈਆਂ। ਅੱਛਾ। ਇੱਕ ਆ ਕਿਲੇ 'ਚ ਚੱਲੀ, ਇੱਕ ਸਾਹਮਣੇ ਛੋਟੀ ਜਿਹੀ ਮੰਜ਼ਿਲ ਦੀ ਫਲਾਈਟ ਲੱਗੀ ਉੱਥੇ, ਫਰੰਟ ਦੇ ਪਿੱਛੋਂ ਮਾਰੀਆਂ। ਉੱਪਰ ਕਿੰਨੇ ਕੁ ਜਾਣੇ ਸੀ ਆਪਣੇ ਜਿਹੜੇ ਚੜੇ ਹੋਏ ਸੀ ਉੱਪਰ? ਸਿੰਘ ਚੜੇ? ਹਾਂਜੀ ਹਾਂਜੀ। ਅੱਛਾ। ਜਾਣਾ ਸੀ, ਜਾਣ ਤੋਂ ਪਹਿਲਾਂ ਝੰਡਾ ਝੰਡਾ ਲਹਿਰਾਉਣ ਤੋਂ ਪਹਿਲਾਂ ਗੋਲੀ ਪਹਿਲਾਂ ਚੱਲੀ ਹੈ? ਅੱਛਾ, ਲਹਿਰਾਉਣ ਤੋਂ ਉੱਪਰ ਜਾਣ ਤੋਂ ਪਹਿਲਾਂ ਗੋਲੀ ਚਲਾ ਦਿੱਤੀ ਹੈ? ਅੱਛਾ, ਜਾਣ ਤੋਂ ਰੋਕਦੇ? ਅੱਛਾ, ਗੋਲੀ ਚਲਾ ਦਿੱਤੀ ਉਹਨਾਂ ਨੇ। ਬਾਬਾ ਜੀ ਬਣੇ ਤੇ ਕੋਈ ਅੰਦਾਜ਼ਾ ਹੈ ਕਿ ਕਿੰਨੇ ਨੌਜਵਾਨਾਂ ਨੂੰ ਜਾਂ ਗੋਲੀ ਜਿਹੜੀ ਲੱਗੀ ਹੈ? ਹੋਰ ਕੋਈ ਜਾਣਕਾਰੀ ਤੁਸੀਂ ਕੁਛ ਦੇਖਿਆ ਹੋਵੇ, ਹੋਰ ਕੁਛ ਤੁਹਾਨੂੰ ਪਤਾ ਹੋਵੇ ਇਹਦੇ ਬਾਰੇ? ਅੱਛਾ, ਠੀਕ ਠੀਕ। ਹੋਰ ਕੋਈ ਵੀਰ ਇੱਥੇ ਹੈਗਾ ਜਿਹੜਾ ਉਸ ਸਮੇਂ ਮੌਜੂਦ ਸੀ? ਕਿਸੇ ਨੂੰ ਕੁਛ ਪਤਾ ਹੈ? ਫੋਨ ਲੈ ਲਓ ਵੀਰ ਦਾ। ਆਹ ਫੋਨ ਕਿਹੜੇ ਵੀਰ ਦਾ ਸੀ? ਲੈ ਲਓ। ਹੈਲੋ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਹ
जी ये लाल किले की मेन जी एंट्रेंस है जिथे ये प्रोटेस्ट कर रहे हैं। संगत इतने शांतमय बैठी हुई सतनाम वाहगुरु का जाप कर रही है इस वक्त। तो मंग इन्हों सारे की यही है कि जेड़े सिंह साडे अंदर जख्मी होए ने जां कोई होर भाणा वापरिया उन्हां बारे क्यों नहीं दस्या जा रहा, उन्हां बारे सानू दस्या जावे। तो वह कहिंदे ने कि अंदर जाके सानू उन्हां ने थल्लों तां विखा दिता है कि इत्थे कोई नहीं हैगा, पर उपर जिथे सारी गलबात होई है उपर उन्होंने सानू नहीं लैके गए। ਕਿੱਥੇ ਗਿਆ ਲਵਜਿੰਦਰ? ਕਿੱਥੇ ਲਵਜਿੰਦਰ ਕਿੱਥੇ ਆ ਵੀਰ? ਪਰਮਾਨ ਵਾਲਾ ਜਿਹਦੇ ਲਵਜਿੰਦਰ ਕਮ ਤੋਂ ਕਮ 300 ਬੈਠੋ ਬਹਾਦਰ ਨਹੀਂ ਆਏ, ਬਹਿ ਜਾਓ ਮੇਰੇ।